ਹੈਲੋ ਜੀ ਫਰੈਂਡ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿਵੇਂ ਹੋ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਫਰੈਂਡ ਵੈਲਕਮ ਕਰਦੀ ਆ ਆਪਣੇ ਸਿੱਧੂ ਹਰਕੇ ਫੈਮਿਲੀ ਚੈਨਲ ਦੇ ਵਿੱਚ ਤੇ ਫਰੈਂਡ ਕਾਫੀ ਹੈਨਾ ਮੈਨੂੰ ਕਮੈਂਟ ਆਏ ਸੀਗੇ ਪਿੱਛੇ ਜੀ ਵੀਡੀਓ ਦੇ ਵਿੱਚ ਜਿਦਿਆਂ ਨੇ ਕਿਹਾ ਸੀਗਾ ਕਿ ਉਹਨਾਂ ਦੇ ਨਾ ਰਿੰਕਲ ਵਗੈਰਾ ਹੋ ਗਏ ਨੇ ਆਪਣੇ ਫੇਸ ਤੇ ਤੇ ਉਹ ਕਿਵੇਂ ਠੀਕ ਹੋਣੀਆਂ ਉਹਨਾਂ ਦੇ ਉਸ ਟੌਪਿਕ ਦੇ ਉੱਤੇ ਮੈਂ ਵੀਡੀਓ ਲੈ ਕੇ ਆਵਾਂ ਤੇ ਅੱਜ ਮੈਂ ਉਹੀ ਵੀਡੀਓ ਲੈ ਕੇ ਆਈ ਆਂ ਕਿਵੇਂ ਆਪਾਂ ਆਪਣੇ ਜਿਹੜੇ ਫੇਸ ਤੇ ਰਿੰਕਲ ਵਗੈਰਾ ਹੋ ਜਾਂਦੇ ਨੇ ਕਿਵੇਂ ਆਪਾਂ ਠੀਕ ਕਰ ਸਕਦੇ ਆ ਤੇ ਪਲੀਜ਼ ਵੀਡੀਓ ਫੁੱਲ ਵਾਚ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਅਗਰ ਥੋੜੀ ਜਿਹੀ ਵੀ ਵਧੀਆ ਲੱਗੂਗੀ ਤਾਂ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਜੀ ਤਾਂ ਕਿ ਮੇਰੀਆਂ ਹੋਰ ਭੈਣਾਂ ਦਾ ਵੀ ਕੰਮ ਆ ਸਕੇ ਇਹ ਵੀਡੀਓ ਠੀਕ ਹੈ ਜੀ ਤੇ ਇਹਦੇ ਵਿੱਚ ਕੋਈ ਜ਼ਿਆਦਾ ਧੰਮ ਝੰਮ ਕਰਨ ਦੀ ਲੋੜ ਨਹੀਂ ਹੈਗੀ ਸਿਰਫ ਆਪਾਂ ਨੇ ਇੱਕ ਲੈਣੀ ਹੈ ਵੈਸਲੀਨ ਵੈਸਲੀਨ ਲੈਣੀ ਹੈ ਆਪਾਂ ਨੇ ਇਹ ਜਿਹੜੀ ਆਪਣੀ ਸਰਦੀਆਂ ਵਿੱਚ ਆਪਾਂ ਯੂਜ਼ ਕਰਦੇ ਹੁੰਨੇ ਆ ਛੋਟੀ ਜੀ ਡੱਬੀ ਹੈ ਇਹ 10 ਰੁਪਏ ਦੀ ਆ ਜਾਂਦੀ ਹੈ 10 ਰੁਪਏ ਦਾ ਕੁਮਾਲ ਦੇਖਿਓ ਤੁਸੀਂ ਹੈਨਾ ਜੇ ਇਹਦਾ ਆਪਾਂ ਫੇਸ਼ੀਅਲ ਕਰਾਂਗੇ ਤੇ ਬਹੁਤ ਹੀ ਵਧੀਆ ਰਿਜ਼ਲਟ ਨੇ ਜਿਹੜੇ ਆਪਣੇ ਫੇਸ ਤੇ ਰਿੰਕਲ ਵਗੈਰਾ ਹੋ ਜਾਂਦੇ ਨੇ ਠੀਕ ਹੈ ਜੀ ਦਾਗ ਦੱਬੇ ਹੋ ਜਾਂਦੇ ਨੇ ਛਾਈਆਂ ਵਗੈਰਾ ਹੋ ਜਾਂਦੇ ਨੇ ਸਾਰਾ ਕੁਝ ਇਹਦੇ ਨਾਲ ਠੀਕ ਹੋ ਜਾਂਦਾ ਹੈ ਕਈ ਭਣਾਂ ਐ ਸੋਚਣਗੀਆਂ ਕਿ ਇਹ ਫੇਸ ਕਾਲਾ ਕਰ ਦਿੰਦੀ ਹੈ ਦੇਖੋ ਫੇਸ ਕਾਲਾ ਤਾਂ ਹੁੰਦਾ ਅਗਰ ਆਪਾਂ ਇਹਨੂੰ ਸਹੀ ਤਰੀਕੇ ਨਾਲ ਨਹੀਂ ਯੂਜ਼ ਕਰਦੇ ਹੈਗੇ ਠੀਕ ਹੈ ਜੀ ਮੈਂ ਤੁਹਾਨੂੰ ਦੱਸਾਂਗੀ ਇਹਦਾ ਸਹੀ ਯੂਜ਼ ਆਪਾਂ ਕਿਵੇਂ ਕਰ ਸਕਦੇ ਹਾਂ ਠੀਕ ਹੈ ਜੀ ਬਣੇ ਰਹਿਣਾ ਆਪਣੀ ਵੀਡੀਓ ਵਿੱਚ ਤੇ ਆਪਾਂ ਨੇ ਆ ਇਹ ਇਹਦਾ ਕੀ ਕਰਨਾ ਆਪਾਂ ਨੇ ਇਹ ਨਾ ਸਿਰਫ ਆਪਾਂ ਨੇ ਰਾਤ ਨੂੰ ਹੀ ਲਗਾਣੀ ਆਪਾਂ ਦਿਨ ਵਿੱਚ ਇਹਨੂੰ ਨਹੀਂ ਲਗਾਉਣੀ ਹੈਗੀ ਦਿਨ ਵਿੱਚ ਕੀ ਹੁੰਦਾ ਅਗਰ ਆਪਾਂ ਇਹਨੂੰ ਧੁੱਪੇ ਲਗਾ ਲੰਨੇ ਤਾਂ ਉਹਦੇ ਨਾਲ ਆਪਣਾ ਫੇਸ ਥੋੜਾਕ ਡਲ ਹੋਣਾ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਇਸ ਕਰਕੇ ਆਪਾਂ ਇਹਨੂੰ ਰਾਤ ਨੂੰ ਹੀ ਲਾਵਾਂਗੇ ਰਾਤ ਨੂੰ ਆਪਾਂ ਨੇ ਐਨੀ ਕੁ ਲੈ ਲੈਣੀ ਹੈ ਬਸ ਆਪਣੇ ਕੰਮ ਤੋਂ ਦਿਨ ਵੇੜ ਕੇ ਜਦੋਂ ਆਪਾਂ ਪੈਣੇ ਆ ਨਾ ਆਪਾਂ ਨੇ 10 ਮਿੰਟ ਆਪਣੇ ਲਈ ਕੱਢਣੀ ਕੱਢਣੀ ਹੁੰਦੇ ਨੇ ਜ਼ਰੂਰੀ ਕੱਢਣੇ ਨੇ ਠੀਕ ਹੈ ਜੀ ਤਾਂ ਹੀ ਦੇਖੋ ਠੀਕ ਹੋਣਗੇ ਆਪਣੇ ਫੇਸ ਤੇ ਰਿੰਕਲ ਵਗੈਰਾ ਗਾਰ ਆਪਾਂ ਆਪਣੇ ਲਈ ਟਾਈਮ ਕੱਢਾਂਗੇ ਤੇ ਨਾਲ ਦੇਖੋ ਆਪਾਂ ਨੇ ਇੱਕ ਲੈ ਲੈਣਾ ਵਿਟਾਮਿਨ E ਦਾ ਕੈਪਸੂਲ ਵਿਟਾਮਿਨ E ਦਾ ਕੈਪਸੂਲ ਤੇ ਇੱਕ ਵੈਸਲਿਨ ਠੀਕ ਹੈ ਜੀ ਥੋੜੀ ਜਿਹੀ ਇੱਕ ਵੈਸਲਿਨ ਇਹ ਦੋਨੇ ਚੀਜ਼ਾਂ ਆਪਾਂ ਆਪਣੇ ਫੇਸ ਤੇ ਅਪਲਾਈ ਕਰਾਂਗੇ ਵੈਸੇ ਆਪਾਂ ਐਵੇਂ ਹੱਥ ਤੇ ਆਪਣੇ ਰੱਖ ਲੈਣੀ ਹੈ ਤੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ ਆਪਣੇ ਵੈਸਲੀਨ ਦੇ ਵਿੱਚ ਠੀਕ ਹੈ ਜੀ ਤੁਸੀਂ ਚਾਹੋ ਤਾਂ ਇਹਨੂੰ ਪੂਰੀ ਡੱਬੀ ਦੇ ਵਿੱਚ ਵੀ ਦੋ ਤਿੰਨ ਜਿਹੜੇ ਕੈਪਸੂਲ ਨੇ ਮਿਕਸ ਕਰਕੇ ਰੱਖ ਸਕਦੇ ਹੋ ਅਗਰ ਤੁਸੀਂ ਰੋਜ਼-ਰੋਜ਼ ਨਹੀਂ ਕਰਨਾ ਚਾਹੁੰਦੇ ਹੈਗੇ ਠੀਕ ਹੈ ਜੀ ਇੱਕ ਵਾਰੀ ਇਹਦੇ ਵਿੱਚ ਮਿਕਸ ਕਰਕੇ ਤੇ ਰਾਤ ਨੂੰ ਆਪਣੇ ਸਹਾਨੇ ਰੱਖ ਲਓ ਤੇ ਜਦੋਂ ਵੀ ਤੁਸੀਂ ਪੈਣ ਲੱਗੋ 10 ਮਿੰਟ ਪਹਿਲਾਂ ਆਪਣੇ ਫੇਸ ਸਾਫ਼ ਕਰਕੇ ਆਪਣੇ ਫੇਸ ਤੇ ਇਹਨੂੰ ਅਪਲਾਈ ਕਰ ਲਓ ਕਿਵੇਂ ਅਪਲਾਈ ਕਰਨਾ ਉਹ ਮੈਂ ਤੁਹਾਨੂੰ ਦੱਸ ਦਿਆਂ ਠੀਕ ਹੈ ਜੀ ਪਹਿਲਾਂ ਆਪਾਂ ਨੇ ਵੈਸ ਥੋੜਾ ਦੋਨੇ ਚੀਜ਼ਾਂ ਮਿਕਸ ਕਰ ਲੈਣੀਆਂ ਤੇ ਆਪਣੇ ਫੇਸ ਤੇ ਆਪਾਂ ਨੇ ਐਵੇਂ ਕਰਕੇ ਲਗਾ ਲੈਣੇ ਆ ਉਸ ਤੋਂ ਬਾਅਦ ਆਪਾਂ ਨੇ ਇਹਦਾ ਕਰਨਾ ਫੇਸ਼ਲ ਜਿਵੇਂ ਆਪਾਂ ਫੇਸ਼ਲ ਕਰਦੇ ਹੁੰਨੇ ਨਾ ਉਹਵੇਂ ਆਪਾਂ ਨੇ ਫੇਸ ਦੀ ਆਪਾਂ ਨੇ ਮ사ਜ ਕਰਨੀ ਹੈ ਮ사ਜ ਨਾਲ ਹੀ ਦੇਖੋ ਆਪਣੇ ਰਿੰਕਲ ਵਗੈਰਾ ਹੁੰਦੇ ਨੇ ਜੜੀਆਂ ਛਾਈਆਂ ਵਗੈਰਾ ਹੋਉਂਦੀਆਂ ਨੇ ਠੀਕ ਹੈ ਜੀ ਸਕਿਨ ਢਲ ਰਹੀ ਹੁੰਦੀ ਹੈ ਸਕਿਨ ਟਾਈਟ ਹੋ ਜਾਂਦੀ ਹੈ ਅਗਰ ਆਪਾਂ ਮ사ਜ ਕਰਾਂਗੇ ਦੇਖੋ ਤਾਂ ਹੀ ਹੋਊਗਾ ਠੀਕ ਹੈ ਜੀ ਤੇ ਲੋ ਜੀ ਆਪਾਂ ਨੇ ਐਵੇਂ ਫੇਸ ਤੇ ਆਪਣੇ ਲਗਾ ਲੀਏ ਤੇ ਬਾਕੀ ਬਚੀ ਕੁਛੀ ਅਗਰ ਆਪਣੇ ਤੋਂ ਵੱਧ ਲੱਗੇ ਆਪਣੇ ਆਪਾਂ ਹੱਥਾਂ ਪੈਰਾਂ ਤੇ ਵੀ ਇਹਨੂੰ ਲਗਾ ਸਕਦੇ ਆ ਤੇ ਐਵੇਂ ਕਰਕੇ ਦੇਖੋ ਆਪਾਂ ਨੇ ਮ사ਜ ਕਰਨੀ ਹੈ ਐਵੇਂ ਕਰਕੇ ਆਪਾਂ ਨੇ ਜਿਹੜੇ ਆਪਣੇ ਫੇਸ ਦੀ ਸਕਿਨ ਹੈ ਉੱਪਰ ਨੂੰ ਲੈ ਕੇ ਜਾਣੀ ਹੈ ਐਵੇਂ ਖਿੱਚਣੀ ਹੈ ਠੀਕ ਹੈ ਜੀ ਐਵੇਂ ਚੱਕ ਚੱਕ ਕੇ ਉੱਪਰ ਕਰਨੀ ਹੈ ਇਵੇਂ ਕਰਕੇ ਆਪਾਂ ਨੇ ਦੋਨੇ ਪਾਸੇ ਆਪਣੇ ਮ사ਜ ਇਹ ਕਰ ਲੈਣੀ ਹੈ ਦੋਨੇ ਹੱਥਾਂ ਨਾਲ ਠੀਕ ਹੈ ਜੀ ਜਿਆਦਾ ਖਿੱਚ ਆਬ ਨਹੀਂ ਕਰਨਾ ਹੈਗਾ ਬਸ ਜਿਵੇਂ ਆਪਣਾ ਨੋਰਮਲ ਹੁੰਦਾ ਨੋਰਮਲ ਹੱਥਾਂ ਨਾਲ ਹੀ ਆਪਾਂ ਨੇ ਕਰਨਾ ਤੇ ਮੈਂ ਚਿਕਸ ਕੋਲ ਆਪਣੀ ਠੋਡੀ ਕੋਲ ਉੱਪਰ ਨੂੰ ਇਹਨੂੰ ਲੈ ਕੇ ਜਾਣਾ ਇਹਵੇਂ ਦੋਨੇ ਅੰਗੂਠੇ ਤੇ ਉਂਗਲ ਆਪਣੀ ਐਵੇਂ ਕਰਕੇ ਆਪਣੇ ਫੇਸ ਤੇ ਮ사ਜ ਕਰ ਲੈਣੀ ਹੈ ਠੀਕ ਹੈ ਜੀ ਐਵੇਂ ਕਰਕੇ ਆਪਣੇ ਸਾਰੇ ਫੇਸ ਤੇ ਚੰਗੀ ਤਰ੍ਹਾਂ ਆਪਾਂ ਮ사ਜ ਕਰਾਂਗੇ ਆਪਣੇ ਨੱਕ ਕੋਲੋਂ ਵੀ ਉੱਪਰ ਨੂੰ ਲੈ ਕੇ ਜਾਣੀ ਹੈ ਆਪਣੇ ਲਿਪਸ ਕੋਲੋਂ ਵੀ ਆਪਾਂ ਨੇ ਉੱਪਰ ਨੂੰ ਲੈ ਕੇ ਜਾਣੀ ਹੈ ਠੀਕ ਹੈ ਜੀ ਇਹਦੇ ਨਾਲ ਕੀ ਹੋਊਗਾ ਜਿਹੜੀ ਆਪਣੀ ਸਕਿਨ ਜਿਹੜੀ ਢਲੀ ਹੋਈ ਹੈ ਦੇਖੋ ਟਾਈਟ ਹੋਣੀ ਸ਼ੁਰੂ ਹੋ ਜੂਗੀ ਵੈਸਲੀਨ ਹੈ ਜਿਹੜੀ ਇਹ ਆਪਣੀ ਸਕਿਨ ਨੂੰ ਟਾਈਟ ਵੀ ਕਰਦੀ ਹੈ ਗਲੋ ਵੀ ਲੈ ਕੇ ਆਉਂਦੀ ਹੈ ਇਹਦੇ ਨਾਲ ਚਮਕ ਵੀ ਆਉਂਦੀ ਆਪਣੇ ਫੇਸ ਤੇ ਤੁਸੀਂ ਇਹਨੂੰ ਥੋੜੇ ਕੁ ਦਿਨ ਤੁਸੀਂ ਯੂਜ਼ ਕਰਕੇ ਦੇਖੋਗੇ ਨਾ ਤੁਹਾਨੂੰ ਪਤਾ ਲੱਗ ਜੂਗਾ ਇਹਦਾ ਰਿਜ਼ਲਟ ਹੈ ਨਾ ਤੇ ਫਿਰ ਆਪਣੇ ਮੱਥੇ ਕੋਲੋਂ ਵੀ ਆਪਾਂ ਨੇ ਜਿਹੜੇ ਇਹ ਵਾਲੇ ਸਟੈਪ ਨੇ ਮੱਥੇ ਵਾਲੇ ਐਵੇਂ ਕਰ ਲੈਣੇ ਠੀਕ ਹੈ ਜੀ ਇਹ ਲਾਈਨਾਂ ਵਗੈਰਾ ਹੋ ਜਾਂਦੀਆਂ ਨੇ ਏਜਸ ਲਿਖਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਹਨਾ ਉਹ ਸਾਰਾ ਕੁਝ ਇਹਦੇ ਨਾਲ ਠੀਕ ਹੋ ਜਾਊਗਾ ਤੇ ਲੋ ਜੀ ਫ੍ਰੈਂਡ ਐਵੇਂ ਕਰਕੇ ਆਪਣੇ ਫੇਸ ਦੀ ਆਪਾਂ ਨੇ ਸਾਰੀ ਮ사ਜ ਕਰ ਲੈਣੀ ਆ ਅੱਖਾਂ ਦੀ ਆਈਬ੍ਰੋ ਦੀ ਲੀਪਸ ਦੀ ਨੋਜ਼ ਦੀ ਠੀਕ ਹੈ ਜੀ ਗਰਦਨ ਦੀ ਵੀ ਆਪਾਂ ਨੇ ਐਵੇਂ ਮ사ਜ ਕਰ ਲੈਣੀ ਆ ਮ사ਜ ਕਰਨ ਨਾਲ ਆਪਣੇ ਫੇਸ ਦੀ ਜਿਹੜੀ ਸਕਿਨ ਇਹ ਟਾਈਟ ਹੋਊਗੀ ਚਮਕਾਊਗੀ ਇੱਕ ਨਵੀਂ ਹੀ ਤਾਜ਼ਗੀ ਜਿਹਾ ਜਿਵੇਂ ਆਪਣਾ ਫੇਸ ਤੇ ਚਮਕ ਜੀ ਨਹੀਂ ਹੁੰਦੀ ਉਹ ਆਉਣੇ ਸ਼ੁਰੂ ਹੋ ਜੂਗੇ ਅਗਰ ਤੁਸੀਂ ਡੇਲੀ ਜਿਹੜੇ ਇਹ ਸਟੈਪ ਕਰੋਗੇ 50 ਦੀ ਉਮਰ ਵਿੱਚ ਤੁਸੀਂ ਯਕੀਨ ਮੰਨੋਗੇ ਤੁਸੀਂ 25 30 ਦੇ ਲੱਗਣੇ ਸ਼ੁਰੂ ਹੋ ਜੂਗੇ ਅਗਰ ਤੁਸੀਂ ਇਹ ਮ사ਜ ਵਗੈਰਾ ਜਿਹੜੀ ਸ਼ੁਰੂ ਕਰ ਦੋਗੇ ਠੀਕ ਹੈ ਜੀ ਐਵੇਂ ਆਪਾਂ ਆਪਣੀ ਉਮਰ ਨੂੰ ਜਿਹੜੀ ਹੈ ਥੋੜੀ ਜਿਹੀ ਇਕ ਆਪਾਂ ਪਿੱਛੇ ਲਈ ਜਾ ਸਕਦੇ ਆਪਣੇ ਫੇਸ ਦੀ ਮ사ਜ ਕਰ ਕਰਕੇ ਤੇ ਐਵੇਂ ਕਰਕੇ ਤੁਸੀਂ ਦੇਖੋ ਰੋਜ਼ ਰਾਤ ਨੂੰ ਸਵੇਰੇ ਮ사ਜ ਤਾਂ ਤੁਸੀਂ ਕਿਸੇ ਵੀ ਕੋਈ ਵੀ ਤੁਸੀਂ ਕਰੀਮ ਵਗੈਰਾ ਲੈ ਕੇ ਹੈਨਾ ਕਰ ਸਕਦੇ ਹੋ ਮ사ਜ ਤਾਂ ਬਹੁਤ ਜ਼ਿਆਦਾ ਜ਼ਰੂਰੀ ਆਪਣੇ ਫੇਸ ਦੇ ਲਈ ਤੇ ਜਿਹੜਾ ਆਪਣੇ ਵਿਟਾਮਿਨ E ਕੈਪਸੂਲ ਪਾਇਆ ਦੇਖੋ ਹੈਨਾ ਉਹਦੇ ਵਿੱਚ ਉਹ ਮੇਗਾ ਕਿੰਨਾ ਹੁੰਦਾ ਜਿਹੜਾ ਆਪਣੇ ਫੇਸ ਦੇ ਲਈ ਬਹੁਤ ਵਧੀਆ ਠੀਕ ਹੈ ਜੀ ਆਪਣੇ ਫੇਸ ਤੇ ਇੱਕ ਨਵੀਂ ਚਮਕ ਆਉਂਦੀ ਉਹਦੇ ਨਾਲ 글로ਵ ਆਉਂਦਾ ਵਿਟਾਮਿਨ ਈ ਕੈਪਸੂਲ ਨਾਲ ਉਹ ਤੁਸੀਂ ਚਾਹੇ ਹਨ ਹਫਤੇ ਵਿੱਚ ਦੋ ਕੈਪਸੂਲ ਖਾ ਵੀ ਸਕਦੇ ਹੋ ਇੱਕ ਅੱਧਾ ਦਿਨ ਛੱਡ ਕੇ ਉਹਦੇ ਨਾਲ ਵੀ ਆਪਣੇ ਫੇਸ ਤੇ ਜਿਹੜਾ 글로ਵ ਆਉਂਦਾ ਠੀਕ ਹੈ ਜੀ ਐਵੇਂ ਕਰਕੇ ਦੇਖੋ ਆਪਣੀ ਸਾਰੀ ਮ사ਜ ਆਪਣੀ ਕਰ ਲੈਣੀ ਆਪਣੇ ਫੇਸ ਦੀ 10 ਮਿੰਟ ਆਪਾਂ ਨੇ ਜਰੂਰ ਕੱਢਣੇ ਨੇ ਦੇਖੋ ਹਨ ਆਪਾਂ ਸਾਰਾ ਦਿਨ ਕੰਮ ਕਰਦੇ ਆ ਉਹਦੇ ਲਈ ਆਪਾਂ ਆਪਣੇ ਲਈ ਬਸ ਸਿਰਫ 10 ਮਿੰਟ ਕੱਢੋ 10 ਮਿੰਟਾਂ ਦੇ ਵਿੱਚ ਕੋਈ ਵੀ ਤੁਸੀਂ ਫੇਸ ਪੈਕ ਕੋਈ ਵੀ ਐਵਲੀ ਜਿਹੜੀ ਮ사ਜ ਹੋਗੀ ਐਵਰੀ ਮੈਂ ਤੁਹਾਨੂੰ ਬੈਸਲਿਨ ਦੇ ਜਿਹੜਾ ਫੇਸ਼ੀਅਲ ਦੱਸਿਆ ਤੁਸੀਂ ਇਹ ਕਰ ਸਕਦੇ ਹੋ ਬਸ ਰੋਜ਼ ਆਪਣੇ 10 ਮਿੰਟ ਜ਼ਰੂਰ ਕੱਢਿਆ ਕਰੋ ਆਪਣੇ ਲਈ ਬਹੁਤ ਜ਼ਰੂਰੀ ਨੇ ਠੀਕ ਹੈ ਜੀ ਤੇ ਲੋ ਜੀ ਉਸ ਤੋਂ ਬਾਅਦ ਇਹ ਮ사ਜ ਕਰਨ ਤੋਂ ਬਾਅਦ ਆਪਾਂ ਨੇ ਕੀ ਕਰਨਾ ਕੋਟਨ ਲੈ ਲੈਣੀ ਹੈ ਕੋਟਨ ਦੇ ਨਾਲ ਜਿੰਨੀ ਵੀ ਆਪਾਂ ਨੇ ਇਹ ਬੀਮ ਵਗੈਰਾ ਲਗਾਈ ਸੀਗੀ ਆਪਾਂ ਨੇ ਸਾਰੇ ਹੀ ਤਾਰ ਦੇਣੀ ਹੈ ਠੀਕ ਹੈ ਜੀ ਧੋਣਾ ਨਹੀਂ ਹੈਗੇ ਆਪਾਂ ਨੇ ਤਾਰਨੀ ਵੀ ਨਹੀਂ ਹੈ ਬਈ ਮਤਲਬ ਕਿ ਸਾਫ ਕਰ ਲੈਣੀ ਹੈ ਤਾਂ ਕਿ ਜਿਹੜੀ ਚਿਕਨਾਪੜ ਜੀ ਹੈ ਬੱਸ ਉਹ ਆਪਾਂ ਨੇ ਥੋੜੀ ਜਿਹੀ ਕੋ ਦੂਰ ਕਰਨੀ ਹੈ ਹੋਰ ਕੁਝ ਨਹੀਂ ਉਤਾਰਨਾ ਨਹੀਂ ਹੈਗਾ ਧੋਣਾ ਨਹੀਂ ਹੈਗਾ ਧੋਣਾ ਸਿਰਫ ਆਪਾਂ ਨੇ ਸਵੇਰੀ ਹੈ ਇਹ ਸਵੇਰੇ ਤੁਸੀਂ ਸਿੰਪਲ ਪਾਣੀ ਨਾਲ ਆਪਣਾ ਫੇਸ ਸਾਫ ਕਰੋਗੇ ਤੁਹਾਨੂੰ ਪਤਾ ਚੱਲ ਜੂਆ ਦੇਖੋ ਕਿੰਨੀ ਸਾਰੀ ਡਸਟ ਹੈ ਜਿਹੜੀ ਇਹ ਨਿਕਲ ਰਹੀ ਆਪਣੇ ਫੇਸ ਤੇ ਠੀਕ ਹੈ ਜੀ ਇਹ ਸਾਰੀ ਆਪਾਂ ਨੇ ਹੁਣ ਚੰਗੀ ਤਰ੍ਹਾਂ ਇਹਨੂੰ ਸਾਫ ਕਰ ਲੈਣਾ ਤੇ ਤੁਸੀਂ ਦੇਖੋਗੇ ਇਹਦਾ ਰਿਜ਼ਲਟ ਤੁਸੀ 2-4 ਦਿਨਾਂ ਵਿੱਚ ਤੁਹਾਨੂੰ ਪਤਾ ਚੱਲ ਜੂਗਾ ਰਿੰਕਲ ਵਗੈਰਾ ਜਿਹੜੇ ਹੋ ਗਏ ਨੇ ਏਜ ਜਿ ਦਿਖਣੇ ਸ਼ੁਰੂ ਹੋ ਗਈਆਂ ਨੇ ਸਾਰਾ ਕੁਛ ਇਹਦੇ ਨਾਲ ਜਿਹੜੇ ਆਪਣੇ ਫੇਸ ਤੇ ਠੀਕ ਹੋ ਜੂਗਾ ਠੀਕ ਹੈ ਜੀ ਤੇ ਲੋ ਜੀ ਐਵੇਂ ਕਰਕੇ ਦੇਖੋ ਮੈਨੇ ਚੰਗੀ ਤਰ੍ਹਾਂ ਆਪਣੇ ਹੁਣ ਕੋਟਨ ਨਾਲ ਜਿਹੜੇ ਸਾਫ਼ ਕਰ ਲਿਆ ਕਾਫੀ ਸਾਰੀ ਗੰਦਗੀ ਜਿਹੜੀ ਨਿਕਲੀ ਐ ਤੇ ਹੁਣ ਇਹਨੂੰ ਮੈਂ ਬੈਸ ਲੱਗੀ ਰਹਿਨ ਦਵਾਂਗੀ ਕਿਉਂਕਿ ਸ਼ਾਮ ਹੀ ਹੋਈ ਹੈ ਧੁੱਪ ਹੈ ਨਹੀਂ ਸੀਗੀ ਸ਼ਾਮ ਦੇ ਟਾਈਮ ਹੀ ਮੈਨੇ ਵੀਡੀਓ ਕੀਤੀ ਹੈ ਤੇ ਬਸ ਮੈਂ ਹੁਣ ਮੈਂ ਆਪਣਾ ਕੱਲੂ ਹੀ ਆਪਣਾ ਜਿਹੜਾ ਫੇਸ ਸਾਫ਼ ਕਰਾਂਗੀ ਤੇ ਇਹ ਵਾਲਾ ਦੇਖੋ ਆਪਾਂ ਨੇ ਵੈਸਲੀਨ ਲਿੱਤੀ ਸੀਗੀ ਹੈਨਾ ਵੈਸਲੀਨ ਬਹੁਤ ਹੀ ਫਾਇਦੇਮੰਦ ਨੇ ਇਹਦੇ ਸਰਦੀਆਂ ਦੇ ਵਿੱਚ ਤੁਸੀਂ ਹੱਥਾਂ ਬਾਹਾਂ ਤੇ ਵੀ ਇਹਨੂੰ ਲਗਾ ਸਕਦੇ ਹੋ ਆਪਣੇ ਅੱਡੀਆਂ ਤੇ ਵੀ ਇਹਨੂੰ ਲਗਾ ਸਕਦੇ ਆ ਇਹਦੇ ਨਾਲ ਆ ਫਟੀਆਂ ਹੋਈਆਂ ਅੱਡੀਆਂ ਵੀ ਜੜੀਆਂ ਠੀਕ ਹੋ ਜਾਂਦੀਆਂ ਨੇ ਤੁਸੀਂ ਵੈਸੇ ਇਹਨੂੰ ਲਗਾ ਲਓ ਰਾਤ ਨੂੰ ਲਗਾ ਕੇ ਪੈ ਜਾਓ ਤੇ ਦਿਨੇ ਵਿੱਚ ਤੁਹਾਡੇ ਦੇਖੋਗੇ ਤੁਸੀਂ ਅੱਡੀਆਂ ਜੜੀਆਂ ਤੁਹਾਡੀਆਂ ਸਾਫ਼ ਹੋਣੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਲੋ ਜੀ ਫਰੈਂਡ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਆਪਾਂ ਕੱਲੂ ਫੇਰ ਮਿਲਾਂਗੇ ਨਵੀਂ ਜਿਹੀ ਪਿਆਰੀ ਜਿਹੀ ਵੀਡੀਓ ਦੇ ਨਾਲ ਤੇ ਸ਼ੇਅਰ ਕਰਨਾ ਨਾ ਭੁੱਲਣਾ ਆਪਾਂ ਕੱਲੂ ਫੇਰ ਮਿਲਦੇ ਆ ਜੀ ਓਕੇ ਟਾਟਾ ਬਾਏ